ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਨਾਲ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਹੜਾ ਸਾਡਾ ਜੀਐਸਪੀਐਸ ਗੁਰਬਾਣੀ ਸਰਣ ਦਾ ਪਰਿਵਾਰ ਹੈ ਉਹ 1 ਲੱਖ ਸੰਗਤਾਂ ਤੱਕ ਪਹੁੰਚ ਚੁੱਕਿਆ ਹੈ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸਭ ਤੋਂ ਪਹਿਲਾਂ ਮੈਂ ਸਮਝਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਕਿਰਪਾ ਮੇਹਰ ਰਹਿਮਤ صدਕਾ ਤਰਸ صدਕਾ ਇਹ ਸਾਰਾ ਸਭ ਕੁਝ ਸੰਭਵ ਹੋ ਪਾਇਆ ਹੈ ਸਾਡਾ ਤੁਹਾਡਾ ਮੇਲ ਹੋ ਪਾਇਆ ਹੈ ਉਹਨਾਂ ਦਾ ਲੱਖ ਲੱਖ ਕੋਟਾਨ ਕੋਟ ਸ਼ੁਕਰਾਨਾ ਜਿਹੜੇ ਗੁਰੂ ਕੇ ਕੀਰਤਨੀਏ ਸਿੰਘ ਨੇ ਗੁਰੂ ਕੇ ਪ੍ਰਚਾਰਕ ਨੇ ਜਿਨ੍ਹਾਂ ਜਿਹੜੇ ਇੰਨਾ ਮਨਮੋਹਕ ਕੀਰਤਨ ਸਾਨੂੰ ਸੁਣਾਉਂਦੇ ਨੇ ਇਹਨੇ ਗੁਰੂ ਕੇ ਵਿਚਾਰ ਸਾਨੂੰ ਸੁਣਾਉਂਦੇ ਨੇ ਜੋ ਅਸੀਂ ਤੁਹਾਡੇ ਤੱਕ ਪਹੁੰਚਾ ਪਾਉਂਦੇ ਆ ਉਹਨਾਂ ਕਰਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਫਿਰ ਜਿਹੜੇ ਗੁਰੂ ਕੀ ਸੰਗਤ ਆਪ ਜੀ ਜਿਹੜਾ ਸਾਰੇ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਸਾਡੇ ਪਰਿਵਾਰ ਹੋ ਉਹਨਾਂ ਦਾ ਲੱਖ-ਲੱਖ ਧੰਨਵਾਦ ਆਪ ਜੀ ਗੁਰੂ ਦਾ ਕੀਰਤਨ ਬਹੁਤ ਹੀ ਪਿਆਰ ਨਾਲ ਸੁਣਨ ਕਰਕੇ ਸਾਨੂੰ ਅਸੀਸਾਂ ਬਖਸ਼ਦੇ ਹੋ ਸਾਨੂੰ ਪਿਆਰ ਬਖਸ਼ਦੇ ਹੋ ਆਪਣਾ ਇਹ ਗੁਰੂ ਕੀ ਬਾਣੀ ਸਦਕਾ ਸਾਡਾ ਇਹ ਮੇਲ ਹੋਇਆ ਹੈ ਬਹੁਤ-ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਮੈਂ ਆਪ ਜੀ ਨੂੰ ਦੱਸਾਂ ਕਿ ਜਦ ਅਸੀਂ 2019 ਵਿੱਚ ਇਹ ਚੈਨਲ ਸ਼ੁਰੂਆਤ ਕੀਤੀ ਸੀ ਤੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਇੰਨਾ ਪਿਆਰ ਗੁਰੂ ਕੀ ਸੰਗਤਾਂ ਵੱਲੋਂ ਮਿਲੇਗਾ ਪਰ ਜਿਵੇਂ ਕਿ ਗੁਰੂ ਸਾਹਿਬ ਜੀ ਆਪ ਵੀ ਕਹਿੰਦੇ ਨੇ ਉਹ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇ ਥਾਉ ਉਹੀ ਵਾਲੀ ਗੱਲ ਸਾਡੇ ਨਾਲ ਸੱਚੀ ਹਕੀਕਤ ਵਿੱਚ ਵਾਪਰੀ ਹੈ ਕਿ ਇੰਨੀ ਛੇਤੀ ਇੰਨੇ ਕੰਮ ਸਮੇਂ ਵਿੱਚ ਸਾਡੇ ਕੋਲ ਇੰਨੇ ਇਹਨਾ ਵੱਡਾ ਪਰਿਵਾਰ ਜੋ ਕਿ ਅੱਗੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਵਧਣਾ ਹੈ ਆਪ ਜੀ ਅਰਦਾਸ ਕਰਨਾ ਬਹੁਤ ਜ਼ਿਆਦਾ ਸ਼ੁਕਰਾਨਾ ਆਪ ਜੀ ਦਾ ਜਦ ਅਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਜੇ ਉਹ ਕੋਈ ਇਤਿਹਾਸਿਕ ਸਥਾਨ ਹੋਏ ਕੋਈ ਵੀ ਗੁਰਦੁਆਰਾ ਸਾਹਿਬ ਹੋਣ ਉੱਥੇ ਦੇ ਗਰੰਤੀ ਸਿੰਘ ਜਿਹੜੇ ਹਜ਼ੂਰੀ ਰਾਗੀ ਹੁੰਦੇ ਨੇ ਕੋਈ ਵਿਸ਼ੇਸ਼ ਤੌਰ ਤੇ ਰਾਗੀ ਆਏ ਹੁੰਦੇ ਨੇ ਜਾਂ ਗੁਰੂ ਕੀ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਜੀਐਸਪੀਐਸ ਗੁਰਬਾਣੀ ਚਾਣਨ ਵਾਲੇ ਆਏ ਹੋਏ ਨੇ ਕਵਰ ਕਰਨੇ ਸੰਗਤਾਂ ਨੂੰ ਦਰਸ਼ਨ ਕਰਾਉਣ ਜਿਹੜੇ ਕਰ ਬੈਠੇ ਨੇ ਉਹਨਾਂ ਨੂੰ ਦਰਸ਼ਨ ਕਰਾਉਣ ਤੇ ਇੰਨਾ ਸੰਗਤ ਸਾਨੂੰ ਆ ਕੇ ਅਸੀਸਾਂ ਬਖਸ਼ਦੀ ਹੈ ਇੰਨੇ ਗਰੰਤੀ ਸਿੰਘ ਸਾਡੇ ਲਈ ਮਤਲਬ ਸਾਨੂੰ ਇੰਨਾ ਪਿਆਰ ਬਖਸ਼ਦੇ ਨੇ ਇੰਨਾ ਸਾਡੇ ਨੂੰ ਅਸੀਸਾਂ ਦਿੰਦੇ ਨੇ ਕਿ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਸੰਭਾਲ ਵੀ ਨਹੀਂ ਪਾਉਂਦੇ ਇੰਨੀ ਅਸੀਸਾਂ ਦਿੰਦੇ ਨੇ ਜਦ ਤੋਂ ਸੰਗ ਨੂੰ ਪਤਾ ਲੱਗਿਆ ਕਿ ਸਾਡੇ 1.5 ਲੱਖ ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਨੇ एकदम WhatsApp ਤੇ Facebook ਤੇ Instagram ਸਾਡੇ ਪੇਜ ਤੇ Facebook ਪੇਜ ਤੇ ਐਨੇ ਸਾਨੂੰ ਮੈਸੇजेस ਕਮੈਂਟਸ ਤੇ ਡੀਐਮਸ ਆ ਰਹੇ ਨੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰਾਨਾ ਜਿਹੜੇ ਵੀ ਕਰ ਰਹੇ ਸਨ ਇਹ ਵੀਡੀਓ ਬਣਾਉਣ ਦਾ ਇੱਕ ਮਕਸਦ ਇਹ ਵੀ ਹੈ ਕਿ ਜਿਹੜੇ ਵੀ ਸਾਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਜਿਹੜੇ ਸਾਨੂੰ ਵਧਾਈਆਂ ਦੇ ਮੈਸੇਜ ਭੇਜ ਰਹੇ ਸਨ ਆਪ ਸਾਰਿਆਂ ਨੂੰ ਵੀ ਲੱਖ ਲੱਖ ਵਧਾਈਆਂ ਹੁਣ ਆਪ ਸਾਰਿਆਂ ਦਾ ਚੈਨਲ ਹੈ ਆਪ ਸਾਰਿਆਂ ਕਰਕੇ ਹੀ ਇਹ ਚੈਨਲ ਇਸ ਜਗ੍ਹਾ ਤੱਕ ਪਹੁੰਚਿਆ ਜਿੱਥੇ ਇਹ ਹੈ ਤੇ ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਹੋਰ ਚੜ੍ਹਦੀ ਕਲਾ ਵਿੱਚ ਕਿਉਂਕਿ ਇਹ ਗੁਰੂ ਦਾ ਆਪਣਾ ਕੰਮ ਹੈ ਗੁਰੂ ਜੀ ਨੇ ਆਪ ਕਰਾਣਾ ਹੈ ਹੋਰ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਆਪ ਜੀ ਸਾਰਿਆਂ ਨੇ ਅਰਦਾਸ ਕਰਨੀ ਮੈਂ ਆਪ ਜੀ ਅੱਗੇ ਇੱਕ ਹੋਰ ਵੀ ਬੇਨਤੀ ਜੋ ਮੈਂ ਸਮਝਦਾ ਉਹ ਕਰਨੀ ਹੈ ਆਪ ਜੀ ਜਾਣਦੇ ਹੋ ਕਰੋਨਾ ਦੀ ਮਹਾਮਾਰੀ ਕਰਕੇ ਐਨੇ ਜਿਹੜੇ ਗੁਰਮਤ ਸਮਾਗਮ ਨੇ ਉਹ ਨਹੀਂ ਹੋ ਰਹੇ ਗੁਰਬਾਣੀ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋ ਰਹੇ ਕਿਉਂਕਿ ਜਿਹੜੇ ਸਰਕਾਰ ਹੈ ਜਾਂ ਜਿਹੜੇ ਪ੍ਰਬੰਧਕ ਨੇ ਉਹ ਵੀ ਕਿਉਂਕਿ ਸਰਕਾਰਾਂ ਨੂੰ ਸਰਕਾਰਾਂ ਨੇ ਬੋਲਿਆ ਹੋਇਆ ਹੈ ਕਿ ਇੰਨਾ ਇਕੱਠ ਨਹੀਂ ਕਰਨਾ ਇਸ ਲਈ ਇਹ ਸਮਾਗਮ ਨਹੀਂ ਹੋ ਰਹੇ ਇੰਨੇ ਜ਼ਿਆਦਾ ਤੇ ਅਸੀਂ ਆਪ ਜੀ ਨੂੰ ਲਾਈਵ ਸਮਾਗਮ ਸੇ ਦਰਸ਼ਨ ਨਹੀਂ ਕਰਾ پا ਰਹੇ ਉਸ ਲਈ ਮੈਂ ਆਪ ਜੀ ਤੋਂ ਮਾਫੀ ਮੰਗਦਾ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦ ਇੱਕ ਅਰਦਾਸ ਤੇ ਸਭ ਤੋਂ ਵੱਡਾ ਅਥੀਹਾਰ ਜਿਹੜਾ ਕਿਸੇ ਵੀ ਸਿੱਖ ਕੋਲ ਹੈ ਆਪ ਜੀ ਵੀ ਅਰਦਾਸ ਕਰੋ ਆਪਣੇ ਐਂਡ ਤੇ ਅਸੀਂ ਵੀ ਅਰਦਾਸ ਕਰੇ ਇਸ ਫਿਰ ਤੋਂ ਆਨਲਾਈਨ ਅਸੀਂ ਫਟਾਫਟ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲਾਈਵ ਸਮਾਗਮ ਆਪ ਜੀ ਨੂੰ ਦਰਸ਼ਨ ਕਰਾਈਏ ਜਿਵੇਂ ਪਹਿਲੇ ਇੱਕਦਮ ਚੜਦੀ ਕਲਾ ਵਿੱਚ ਸਮਾਗਮ ਹੁੰਦੇ ਸਨ ਸੰਗਤਾਂ ਦਾ ਲਹਾ ਇੱਕਦਮ ਇਕੱਠ ਠਾਠਾ ਮਾਰਦਾ ਇਕੱਠ ਹੁੰਦਾ ਸੀ ਉਸੇ ਤਰੀਕੇ ਨਾਲ ਇਕੱਠ ਹੋਏ ਉਸੇ ਤਰੀਕੇ ਨਾਲ ਆਪ ਜੀ ਨੂੰ ਅਸੀਂ ਦਰਸ਼ਨ ਕਰਾ ਸਕੀਏ ਆਪ ਜੀ ਅਰਦਾਸ ਕਰੋ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਿਸ ਦਾ ਗੁਰੂ ਨਾਨਕ ਇਹਨਾਂ ਦੇਵਾਲੂ ਹੋਏ ਉਸ ਲਈ ਅੱਗੇ ਅੱਗੇ ਅਸੀਂ ਕਿਉਂ ਨਾ ਅਰਦਾਸ ਕਰੀਏ ਦੂਜੀ ਬੇਨਤੀ ਕਿ ਇਸ ਕੋਰੋਨਾ ਤੋਂ ਰਿਲੇਟਿਡ ਵੀ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਚਾਹੇ ਨਿਊਜ਼ ਵਾਲਿਆਂ ਨੇ ਇਹਨੂੰ ਕਵਰ ਕਰਨਾ ਥੋੜਾ ਕਮ ਕਰ ਦਿੱਤਾ ਹੈ ਮੈਂ ਆਪ ਜੀ ਅਗੇ ਬੇਨਤੀ ਕਰਾਂਗਾ ਇਹ ਬਿਮਾਰੀ ਕਿਥੇ ਗਈ ਨਹੀਂ ਫਰਕ ਜ਼ਰੂਰ ਪਿਆ ਹੈ ਜਦ ਤੋਂ ਗੁਰੂ ਰਵਿਸ਼ੰਕਰ ਸਾਹਿਬ ਜੀ ਜਦ ਤੋਂ ਗੁਰਪੁਰਪ ਆਇਆ ਜਦ ਸੰਗਤਾਂ ਨੇ ਅਰਦਾਸਾਂ ਕੀਤੀਆਂ ਸੰਗਤਾਂ ਦੀ ਅਰਦਾਸਾਂ ਨੂੰ ਸੁਣ ਕੇ ਗੁਰੂ ਕਿਸ਼ਨ ਸਾਹਿਬ ਜੀ ਨੇ ਆਪ ਜੀ ਦੇਖਿਆ ਹੋਵੇਗਾ ਉਹਨਾਂ ਦੇ ਗੁਰਪੁਰਪ ਤੋਂ ਬਾਅਦ ਪ੍ਰਕਾਸ਼ਪੁਰਪ ਤੋਂ ਬਾਅਦ ਕਾਫੀ ਠੰਡ ਵਰਤ ਗਈ ਕਾਫੀ ਬਿਮਾਰੀ ਦੂਰ ਹੋਂਦੀ ਗਈ ਬਟ ਹਜੇ ਵੀ ਇਹ ਬਿਮਾਰੀ ਖਤਮ ਨਹੀਂ ਹੋਈ ਹੈ ਮੈਂ ਅਗਰ ਆਪ ਜੀ ਨੂੰ ਪਰਿਵਾਰ ਕਿਹਾ ਹੈ ਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਆਪ ਜੀ ਦਾ ਇੱਕ ਛੋਟਾ ਭਰਾ ਬਣ ਕੇ ਆਪ ਜੀ ਦਾ ਬੱਚਾ ਬਣ ਕੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਬਿਮਾਰੀ ਕਿੱਥੇ ਗਈ ਨਹੀਂ ਇੱਥੇ ਹੀ ਹੈ ਆਪ ਜੀ ਪਲੀਜ਼ ਆਪਣਾ ਧਿਆਨ ਰੱਖੋ ਜਦ ਆਪ ਜੀ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਬਿਲਕੁਲ ਡਿਸਟੈਂਸਿੰਗ ਇਸ ਬੈਠੋ ਅਗਰ ਆਪ ਜੀ ਨੂੰ ਕੋਈ ਕਹਿੰਦਾ ਹੈ ਕਿ ਥੋੜੇ ਡਿਸਟੈਂਸਿਸ ਬਹਿ ਜਾਓ ਤੇ ਬੁਰਾ ਨਾ ਮੰਨੋ ਉਹ ਆਪ ਜੀ ਦੀ ਸੇਫਟੀ ਲਈ ਕਿਉਂਕਿ ਗੁਰੂ ਨੂੰ ਅਸੀਂ ਸੰਗਤ ਸੰਗਤ ਨੂੰ ਅਸੀਂ ਗੁਰੂ ਮੰਨਦੇ ਹਾਂ ਇਹ ਗੁਰੂ ਸਾਹਿਬ ਜੀ ਆਪ ਕਹਿੰਦੇ ਹਨ ਤੇ ਅਗਰ ਸੰਗਤ ਦਾ ਬੰਦਾ ਆਪ ਜੀ ਨੂੰ ਕੁਝ ਕਹਿ ਦੇ ਕਿ ਥੋੜਾ ਜਿਹਾ ਦੂਰ ਹੁਕੇ ਵੀਰ ਜੀ ਬਹਿ ਜਾਓ ਜਾਂ ਮਾਸਕ ਲਗਾ ਲਓ ਤੇ ਬੁਰਾ ਨਾ ਮੰਨੋ ਉਹ ਆਪ ਜੀ ਦੀ ਸੇਫਟੀ ਲਈ ਕਹਿ ਰਹੇ ਨੇ ਆਪ ਜੀ ਵੀ ਧਿਆਨ ਰੱਖੋ ਆਪ ਜੀ ਨੂੰ ਕੋਈ ਵੀ ਦਿਖਦਾ ਹੈ ਆਪ ਜੀ ਉਹਨੂੰ ਵੀ ਬੇਨਤੀ ਦੁਹਰ ਜੋੜ ਕੇ ਆਪਣੇ ਗੁਰੂ ਪਾਹੀ ਨੂੰ ਕਰਨੀ ਐ ਅਸੀਂ ਤੇ ਸਾਰੇ ਆਪਣਾ ਧਿਆਨ ਰੱਖ ਗੁਰਬਾਣੀ ਕੀਰਤਨ ਦੀ ਸੇਵਾ ਜਿਵੇਂ ਅਸੀਂ ਕਰਦੇ ਹਾਂ ਲਾਈਵ ਸਮਾਗਮ ਫਿਰ ਆਪ ਜੀ ਨਾਲ ਲੈ ਕੇ ਸਾਂਝੇ ਹੋਵਾਂਗੇ ਜਲਦੀ ਤੋਂ ਜਲਦੀ ਆਪ ਜੀ ਅਰਦਾਸ ਕਰੋ ਆਪ ਜੀ ਦੀ ਅਰਦਾਸਾ ਦੀ ਸਾਨੂੰ ਹਮੇਸ਼ਾ ਹੀ ਲਾਰਡ ਹੈ ਫਿਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਇਵੇਂ ਹੀ ਆਪ ਜੀ ਸਪੋਰਟ ਕਰਕੇ ਸਪੋਰਟ ਆਪਣਾ ਦਿਖਾਉਂਦੇ ਰਹੋ ਤੇ ਅਗਰ ਆਪਜੀ ਹੋਰ ਵੀ ਕਿਸੇ ਤਰੀਕੇ ਦੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋਰ ਵੀ ਗੁਰਮਤ ਵਿਚਾਰ ਦੇ ਵੀਡੀਓਜ਼ ਨਵੇਂ ਤਰੀਕੇ ਦੀਆਂ ਆਪਜੀ ਕੋਲ ਆਪਜੀ ਲਈ ਫਿਊਚਰ ਇਸ ਲੈ ਕੇ ਆਈਏ ਆਪਜੀ ਵੀ ਕੋਈ ਸਪੈਸ਼ਲ ਆਪਜੀ ਕੋਲ ਸਾਡੇ ਲਈ ਕੋਈ ਸੁਜੈਸ਼ਨ ਹੋਏ ਜਿਹੜਾ ਅਸੀਂ ਉਸਤੇ ਚੱਲ ਸਕੀਏ ਗੁਰੂ ਸਾਹਿਬ ਜੀ ਹਿੰਮਤ ਬਖਸ਼ਣ ਆਪਜੀ ਵੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਚੈਨਲ ਨਾਲ ਜੁੜਨ ਲਈ ਆਪਜੀ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ ਸਾਡੇ ਭੁੱਲਾਂ ਨੂੰ ਨਾ ਜਿਤਾਰਨ ਆਪਜੀ ਵੀ ਸਾਡੇ ਭੁੱਲਾਂ ਕਿਉਂਕਿ ਕੀਰਤਨ ਦੇ ਲਾਈਵ ਕਰਦੇ ਆਂ ਕਈ ਭੁੱ ਨਾਚੀ ਤਾਰਨੀਆ ਗੁਰੂ ਸਾਹਿਬ ਸਭ ਦੇ ਘਰ ਹਸਦੇ ਵਜਦੇ ਰੱਖਣ ਚੜਦੀ ਕਲਾ ਵਿੱਚ ਰੱਖਣ ਸਿੱਖ ਪੰਥ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਗੁਰੂ ਨਾਨਕ ਨਾਮ ਲੇਵਾ ਸੰਗਤ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਏਹੀ ਅਰਦਾਸ ਏਹੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ